ਅਮਨਦੀਪ ਕੌਰ ਜੀ, ਇੱਕ ਹੈ ਨਾ ਤੁਹਾਡੀ ਇੱਕ ਫੇਸਬੁੱਕ 'ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਆ ਭਾਈ ਘਨੱਈਆ ਟਰੱਸਟ ਵੱਲੋਂ, ਹਾਂਜੀ, ਕਿ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਨੇ ਦੋਸ਼ ਲਗਾਇਆ ਕਿ ਇੱਕ ਸਾਡੇ ਵੱਲੋਂ ਇੱਕ ਲੜਕੀ ਭੇਜੀ ਗਈ ਸੀ ਬਾਹਰ ਹਾਂਜੀ ਜੋ ਕਿ ਉੱਥੇ ਫਸ ਗਈ ਆ, ਹਾਂਜੀ ਕਿ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਰ, ਵੀ ਮਨਦੀਪ ਏਜੰਟ ਦੇ ਥਰੂ ਉਹ ਕੁੜੀ ਗਈ ਸੀਗੀ, ਠੀਕ ਹੈ, 8 ਮਹੀਨੇ ਪਹਿਲਾਂ ਵੀ ਉਹਨਾਂ ਦੀ ਗੱਲ ਹੋਈ ਸੀ ਉਹਨਾਂ ਨਾਲ, ਅਤੇ ਉਦੋਂ ਉਹਨਾਂ ਨੇ ਵੀ ਭੇਜਿਆ ਨਹੀਂ ਸੀ ਕੁੜੀ ਨੂੰ, ਉਹਨਾਂ ਨੇ ਦੁਬਾਰਾ ਤੋਂ ਫਿਰ ਉਹਨਾਂ ਨੂੰ ਪਾਸਪੋਰਟ PDF ਬਣਾ ਕੇ ਪਾਇਆ ਗਾ, ਕਹਿੰਦੇ ਵੀ ਅਸੀਂ ਬਾਹਰ ਜਾਣਾ ਗਿਆ, ਅਤੇ ਆਪਾਂ ਮਨਦੀਪ ਏਜੰਟ ਦਾ, ਕਿਉਂਕਿ ਮੇਰੇ ਰਿਸ਼ਤੇਦਾਰ ਗਿਆ ਸੀ ਉਹਦੇ ਥਰੂ, ਅਤੇ ਆਪਾਂ ਉਹਨਾਂ ਨੂੰ ਨੰਬਰ ਦੇ ਦਿੱਤਾ, ਕਨੈਕਟ ਨੰਬਰ, ਉਹਨਾਂ ਦੇ ਦੋਨਾਂ ਦੇ ਸੰਪਰਕ 'ਚ ਗੱਲ ਹੁੰਦੀ ਪਈ ਸੀਗੀ, ਅਤੇ ਕੁੜੀ ਵੀ ਕੰਮ 'ਤੇ ਵਧੀਆ ਲੱਗੀ, ਅਤੇ ਭਾਈ ਘਨੱਈਆ ਦੀ ਜਿਹੜੀ UK ਟੀਮ ਸੀ ਉਹ ਮਲੂਕਾ ਸਿੰਘ ਸੀ, ਉਹਨੇ ਕੁੜੀ ਨੂੰ ਘਰੋਂ ਭਜਾ ਤਾ, ਅਤੇ 50,000 ਰੁਪਇਆ ਲਿੱਤਾ ਉਹਨਾਂ ਤੋਂ, ਨਾਲੇ ਕੁੜੀ ਦੀ ਫੈਮਿਲੀ 'ਚੋਂ ਅਤੇ ਨਾਲੇ ਕੁੜੀ ਤੋਂ, ਠੀਕ ਹੈ ਜੀ। ਹਾਂਜੀ, ਤੁਸੀਂ ਗੱਲ ਕਰ ਰਹੇ ਹੋ ਕਿ ਮਲੂਕਾ ਸਿੰਘ ਵੱਲੋਂ ਕਿ 50,000 ਰੁਪਏ ਲਿੱਤਾ ਗਿਆ, ਉਸ ਚੀਜ਼ ਦਾ ਕੀ ਪ੍ਰੂਫ ਹੈ ਜੀ ਤੁਹਾਡੇ ਕੋਲ? ਮੇਰੇ ਕੋਲ ਪ੍ਰੂਫ ਹੈਗਾ ਜੀ, ਭਾਈ ਅੰਮ੍ਰਿਤਪਾਲ ਸਿੰਘ ਭੁੱਲਰ ਦੇ ਅਕਾਊਂਟ 'ਚ, ਜਿਹੜੇ ਸੰਸਥਾ ਬੰਨੀ ਉਹ ਉਹਨਾਂ ਦੀ ਇੱਕ ਟੀਮ ਦਾ ਬੰਦਾ ਹੈਗਾ, ਉਹਨਾਂ ਦੇ ਅਕਾਊਂਟ 'ਚ ਪੈਸੇ ਪਾਏ ਗਏ ਨੇ। ਅੱਛਾ ਜੀ, ਕਿੰਨੇ ਪੈਸੇ ਪਾਏ ਗਏ ਸੀ? 59,900 ਰੁਪਇਆ, ਜਾਣੀ ਕਿ 50,000 ਰੁਪਇਆ ਪਾਇਆ ਗਿਆ ਹੈਗਾ। ਆਪਣੇ ਕੋਲ ਰਸੀਦ ਵੀ, ਅਕਾਊਂਟ ਨੰਬਰ ਦਾ ਸਾਰਾ ਕੁਛ ਹੈਗਾ ਸਰ। ਠੀਕ ਹੈ, ਅਤੇ ਉਸ ਵਿੱਚ ਦਿਖਾਇਆ ਗਿਆ ਕਿ ਉਹ ਤੁਹਾਡੇ ਘਰ ਦੇ ਵਿੱਚ ਆ ਕੇ ਇੱਕ ਵੀਡੀਓ ਸ਼ੂਟ ਕਰ ਰਿਹਾ, ਕੀ ਕੀ ਮਸਲਾ ਸੀ ਉਹ ਸਾਰਾ ਹੀ ਉਸ ਦਾ? ਸਰ, ਮਤਲਬ ਹੈ ਨਾ, ਉਹਨਾਂ ਦੇ ਆਪਣੇ ਘਰ ਫੈਮਿਲੀ ਨੂੰ ਲੈ ਕੇ ਆਏ, ਕਹਿੰਦੇ ਵੀ ਸਾਡੀ ਕੁੜੀ ਜੇ ਸਰ ਕਾਨੂੰਨੀ ਕਾਰਵਾਈ ਕਰਦੇ ਤਾਂ ਆਪਾਂ ਥਾਣੇ 'ਚ ਬਹਿ ਕੇ ਗੱਲ ਕਰ ਲੈਂਦੇ, ਹੈ ਨਾ ਜੀ। ਅਤੇ ਉਹਨਾਂ ਨੇ ਸਾਡੇ ਘਰ ਸਿੱਧਾ ਹੀ ਆ ਗਏ, ਅਤੇ ਮੈਨੂੰ ਬਲੈਕਮੇਲ ਕਰਦੇ, ਮੇਰਾ ਸਮਾਨ ਵੀ, ਕਹਿੰਦੇ ਵੀ ਭੰਨ ਤੋੜ ਕਰ ਦਾਂਗੇ, ਇੱਦਾਂ ਕਰਾਂਗੇ, ਵਾਹ ਕਰਾਂਗੇ। ਫਿਰ ਮੈਨੂੰ ਚੱਕ ਕੇ ਗੱਡੀ 'ਚ ਲੈ ਗਏ, ਅਤੇ ਫਿਰ ਪਹਿਲਾਂ ਮੈਨੂੰ ਅੰਬਾਲੇ ਲੈ ਕੇ ਗਏ, ਅੰਬਾਲੇ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਫਗਵਾੜੇ ਨੂੰ ਆ ਗਏ, ਫਿਰ ਮੈਨੂੰ ਲੁਧਿਆਣੇ ਨੂੰ ਪਾ ਲਿਆ ਉਹਨਾਂ ਨੇ, ਅਤੇ ਮੈਨੂੰ ਸਾਰੇ ਰਾਹ ਟੋਰਚਰ ਕਰਦੇ ਰਹੇ, ਬਲੈਕਮੇਲ ਵੀ ਕਰਦੇ ਸੀ ਵੀ ਤੇਰੇ ਨਾਲ ਇੱਦਾਂ ਕਰਾਂਗੇ, ਇੱਦਾਂ ਕਰਾਂਗੇ, ਤੈਨੂੰ ਫਲਾਨੇ ਥਾਂ ਸਿੱਟਾਂਗੇ, ਤੈਨੂੰ ਲੋਕ ਲਾ ਕੇ ਰੂਮ 'ਚ ਰੱਖਾਂਗੇ, ਕਿਤੇ ਕੁਛ ਕਿਤੇ ਕੁਛ, ਇੱਦਾਂ ਦੀਆਂ ਗੱਲਾਂ ਕਰਦੇ ਸੀ ਸਰ। ਅਤੇ ਇਸ ਸੰਬੰਧ ਦੇ ਵਿੱਚ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਹੈ? ਹਾਂਜੀ, ਮੈਂ 112 ਨੰਬਰ 'ਤੇ ਕੰਪਲੇਂਟ ਕੀਤੀ ਸੀਗੀ, DSP ਦੇ ਰਿਪੋਰਟ ਲਿਖਾਈ ਸੀ ਮੁੱਲਾਪੁਰ, ਜਿਹਤੇ ਉੱਤੇ ਕਾਰਵਾਈ ਕੀਤੀ ਜਾਵੇ, ਸਖ਼ਤ ਤੋਂ ਸਖ਼ਤ ਉਹਨੂੰ ਸਜ਼ਾ ਮਿਲੀ ਜਾਵੇ। ਹਾਂਜੀ ਸਰ, ਵੀ ਮਤਲਬ ਜਦੋਂ ਬਾਬਾ ਸਾਡੇ ਮਲੂਕ ਸਿੰਘ ਸਾਡੇ ਘਰ ਆਇਆ, ਅਤੇ ਹੈ ਨਾ, ਵੀ ਮਤਲਬ ਸਾਡੇ ਨਾਲ ਹੱਥੋਂ ਪਾਈ ਕੀਤੀ ਬਹੁਤ, ਜਾਣੀ ਕਿ ਮੇਰਾ ਸਮਾਨ ਭੰਨ ਤੋੜ ਕੀਤਾ ਉਹਨੇ, ਅਤੇ ਫਿਰ ਮੈਂ 112 ਨੰਬਰ 'ਤੇ ਕਾਲ ਕੀਤੀ, ਅਤੇ ਤੁਰੰਤ ਮੇਰੇ ਹਸਬੈਂਡ ਨੇ 112 ਨੰਬਰ 'ਤੇ ਕਾਲ ਕੀਤੀ, ਤਾਂ ਉਹਨਾਂ ਨੇ ਤੁਰੰਤ ਹੀ ਪੁਲਿਸ ਚੌਂਕੀ ਸੱਦ ਲਿਆ, ਅਤੇ ਉੱਥੇ ਜਾ ਕੇ ਅਸੀਂ ਵੀ ਇਹ ਸਾਨੂੰ ਜਾਣ ਨਹੀਂ ਦਿੰਦੇ ਸੀ, ਉੱਧਰੋਂ ਪੱਤਰਕਾਰ ਦੀ ਟੀਮ ਆ ਗਈ, ਅਤੇ ਅਸੀਂ ਪੱਤਰਕਾਰ ਸਾਨੂੰ ਲੈ ਕੇ ਛਪਾਰ ਚੌਂਕੀ ਚਲੇ ਗਏ, ਅਤੇ ਉੱਥੇ ਜਾ ਕੇ ਜਦੋਂ ਅਸੀਂ ਬਾਬੇ ਦੀ ਕੋਈ ਵੀ ਮਤਲਬ ਸਾਰੇ ਸਬੂਤ ਰੱਖੇ, ਤਾਂ ਉਸ ਗੱਲੋਂ ਬਾਬਾ ਝੂਠਾ ਪੈ ਗਿਆ, ਅਤੇ ਬਾਬਾ ਚੌਂਕੀ ਛਪਾਰ 'ਚੋਂ ਫਰਾਰ ਹੋ ਗਿਆ। ਹਾਂਜੀ, ਜਦੋਂ ਛਪਾਰ ਚੌਂਕੀ ਤੋਂ ਮਲੂਕ ਸਿੰਘ ਫਰਾਰ ਹੋਇਆ, ਤਾਂ ਉਹਨੇ ਮੇਰੀ ਗੱਡੀ 'ਚ ਜਾਂਦੇ ਨੇ ਫੇਸਬੁੱਕ 'ਤੇ ਵੀਡੀਓ ਵਾਇਰਲ ਕਰਤੀ, ਅਤੇ ਜਿੱਥੇ ਲੋਕ ਗੰਦੇ ਗੰਦੇ ਕਮੈਂਟ ਕਰਦੇ ਪਏ, ਮੈਂ ਮੁੱਲਾਪੁਰ DSP ਦੇ ਰਿਪੋਰਟ ਦਿੱਤੀ ਆ, ਅਤੇ ਜਿੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਤੇ ਜਦੋਂ ਮੇਰੇ ਉਹਨਾਂ ਨੇ ਮੈਂ DSP ਰਿਪੋਰਟ ਕੀਤੀ, ਤਾਂ ਮੈਂ ਇਹਨਾਂ ਨੂੰ ਇਹੀ ਮੰਗ ਕਰਦੀ ਹਾਂ ਕਿ ਭਾਈ ਘਨੱਈਆ ਦੀ ਸੰਸਥਾ ਵੱਲੋਂ ਇਹੋ ਜਿਹੇ ਆਰੋਪੀਆਂ 'ਤੇ ਬਲੈਕਮੇਲ ਦਾ, ਜਿਵੇਂ ਹੁਣ ਇਹ ਮੈਨੂੰ ਕਹਿੰਦੇ ਵੀ ਤੁਸੀਂ ਐਂ ਕੀਤਾ ਵੀ ਬਲੈਕਮੇਲ ਕਰਦੇ ਆ, ਇਹ ਮੈਨੂੰ ਹਰੇਕ ਦੀ ਧੀ ਭੈਣ ਨੂੰ ਇਹ ਬਲੈਕਮੇਲ ਕਰਦੇ ਆ, ਘਰ ਜਾ ਜਾ ਕੇ ਹਰੇਕ ਨੂੰ ਟੋਰਚਰ ਕਰਦੇ ਆ, ਅਤੇ ਫਿਰ ਸੰਸਥਾ ਵਾਲਿਆਂ ਕਹਿੰਦੀ ਮੈਂ ਇਹੀ ਮੰਗ ਕਰਦੀ ਹਾਂ ਇਹੋ ਜਿਹੇ ਬਲੈਕਮੇਲੀਆਂ ਨੂੰ ਨਾਲ ਨਾ ਰੱਖਿਆ ਜਾਵੇ, ਅਤੇ ਜਿਹੜੇ ਲੋਕਾਂ ਦੇ ਘਰ ਜਾ ਜਾ ਕੇ ਧੀਆਂ ਭੈਣਾਂ ਨੂੰ ਖਰਾਬ ਕਰਦੇ ਨੇ। ਬਸ ਠੀਕ ਹੈ। ਹਾਂਜੀ, ਕੀ ਨਾਮ? ਅਤੇ ਅੱਛਾ, ਇੱਕ ਇੱਕ ਫੇਸਬੁੱਕ 'ਤੇ ਇੱਕ ਵੀਡੀਓ ਵਾਇਰਲ ਹੋਈ ਵੀ ਹੈ, ਜਿਸ ਦੇ ਵਿੱਚ ਇੱਕ ਤੁਹਾਡੀ ਪਤਨੀ 'ਤੇ ਦੋਸ਼ ਲਗਾਇਆ ਗਿਆ ਕਿ ਉਹ ਏਜੰਟੀ ਦਾ ਕੰਮ ਕਰਦੀ ਆ, ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ ਜੀ, ਮੇਰੀ ਘਰਵਾਲੀ ਕੋਈ ਏਜੰਟੀ ਦਾ ਕੰਮ ਨਹੀਂ ਕਰਦੀ ਜੀ, ਮੇਰੀ ਜਿਹੜੀ ਘਰਵਾਲੀ ਆ, ਇਹਦੀਆਂ ਮਾਮੀਆਂ ਅਤੇ ਇਹਦੀਆਂ ਭਾਣ ਦੀਆਂ ਭਤੀਜੀਆਂ, ਉਹ ਆਪਣੇ ਮਨਦੀਪ ਸਿੰਘ ਦੇ ਕੋਲ ਬਾਹਰ ਉਹਨੇ ਤੋਰੀਆਂ ਸੀਗੀਆਂ,
ਠੀਕ ਆ ਜੀ। ਅਤੇ ਇਹ ਜਿਹੜੀ ਕੁੜੀ ਦਾ ਜੋ ਵੀ ਕੋਈ ਗੱਲਬਾਤ ਹੋਈ ਆ ਬਾਹਰ ਜਾਣ ਦੀ ਆ ਜੋ ਵੀ, ਉਹ ਵੀਰੇ ਨਾਲ ਸਿੱਧੀ ਗੱਲਬਾਤ ਹੋਈ ਆ, ਸਾਡੇ ਥਰੂ ਕੋਈ ਗੱਲਬਾਤ ਨਹੀਂ ਹੋਈ। ਠੀਕ ਆ ਜੀ, ਅਸੀਂ ਤਾਂ ਸਾਡੇ ਕੋਲ ਤਾਂ ਇਹ ਸਿਰਫ ਆਏ ਸੀਗੇ ਵੀ ਅਸੀਂ ਯਾਰ ਬਾਹਰ ਜਾਣਾ ਵਾ, ਵੀ ਸਾਨੂੰ ਕੋਈ ਵਧੀਆ ਕੋਈ ਬੰਦਾ ਦੱਸੋ ਵੀ ਅਸੀਂ ਬਾਹਰ ਤੋਰਨੀ ਆ ਕੁੜੀ, ਸਾਡੀ ਤਾਂ ਸਿਰਫ ਇੰਨੀ ਗੱਲ ਹੀ ਹੋਈ ਸੀਗੀ। ਅਤੇ ਨੰਬਰ ਦੋ 'ਤੇ ਇਹਨਾਂ ਨੇ, ਮੈਂ ਘਰੇ ਨਹੀਂ ਸੀਗਾ ਜੀ, ਮੈਂ ਕੰਮ 'ਤੇ ਗਿਆ ਹੋਇਆ ਸੀਗਾ, ਇਹ ਮੇਰੇ ਘਰੇ ਬੜੇ ਨੇ, ਪਹਿਲੀ ਗੱਲ ਤਾਂ ਬੜੇ ਹੀ ਦੋ ਨੰਬਰ 'ਚ ਨੇਗੇ। ਠੀਕ ਆ ਜੀ, ਕੋਈ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਨੇ ਕੋਈ ਇਤਲਾਹ ਨਹੀਂ ਕਰੀ, ਕੋਈ ਸਾਡੇ ਪਿੰਡ ਦੀ ਪੰਚਾਇਤ ਨੂੰ ਇਤਲਾਹ ਨਹੀਂ ਕਰੀ, ਕਿਸੇ ਨੂੰ ਕੋਈ ਇਤਲਾਹ ਨਹੀਂ ਕਰੀ, ਇਹ ਬੜੇ ਹੀ ਦੋ ਨੰਬਰ 'ਚ ਨੇ। ਅਤੇ ਫਿਰ ਮੈਂ ਘਰੇ, ਸਾਡੇ ਕੋਈ ਬੰਦਾ ਹਾਜ਼ਰ ਨਹੀਂ ਸੀਗਾ, ਮੇਰੀ ਘਰ ਵਾਲੀ ਅਤੇ ਮੇਰੀ ਮਾਂ ਦੋਨੇ ਘਰੇ ਇਕੱਲੀਆਂ ਸੀਗੀਆਂ। ਇਹਨਾਂ ਨੇ ਘਰੇ ਵੜ ਕੇ ਬਹੁਤ ਜ਼ਿਆਦਾ ਉਹਨਾਂ ਨਾਲ ਬੱਸ ਲੁੱਕੀਆਂ ਕਰੀਆਂ ਨੇਗੀਆਂ, ਠੀਕ ਆ ਜੀ, ਅਤੇ ਅਵਾ ਤਵਾ ਬੋਲੇ ਨੇ। ਜਦੋਂ ਮੈਂ ਆਇਆ ਉਦੋਂ ਮੇਰੇ ਆਉਣ ਤੋਂ 10 ਮਿੰਟ ਪਹਿਲਾਂ ਇਹ ਮੇਰੀ ਘਰ ਵਾਲੀ ਨੂੰ ਇੱਥੋਂ ਲੈ ਕੇ ਜਾ ਚੁੱਕੇ ਸੀਗੇ। ਠੀਕ ਆ ਜੀ, ਆ ਕੇ ਮੇਰੇ ਨਾਲ ਬਹੁਤ, ਮੈਨੂੰ ਵੀ ਬਹੁਤ ਅਪਛਾਵਾ ਬੋਲੇ ਨੇਗੇ ਇਹ ਬੰਦੇ। ਠੀਕ ਆ ਜੀ, ਅਤੇ ਹੁਣ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਜਿੰਨਾ ਵੀ ਸਾਡੇ ਹੁਣ ਪਿੰਡ ਦੇ ਵਿੱਚ ਸਾਡੀ ਕਿੰਨੀ ਇਹਨਾਂ ਨੇ ਵੀਡੀਓ ਵਾਇਰਲ ਕਰਕੇ ਸਾਡੀ ਬਦਨਾਮੀ ਕਰੀ ਆ, ਇੰਨੇ ਗੰਦੇ ਗੰਦੇ ਕਮੈਂਟ ਮੇਰੀ ਘਰ ਵਾਲੀ ਨੂੰ ਆ ਰਹੇ ਨੇ, ਹਾਲਾਂਕਿ ਇਹਦਾ ਵਿੱਚ ਕੋਈ ਹੱਥ ਨਹੀਂ ਸੀਗਾ। ਠੀਕ ਆ ਜੀ, ਅਸੀਂ ਪੁਲਿਸ ਚੌਂਕੀ ਛਪਾਰ ਦੇ ਵਿੱਚ ਜਾ ਕੇ ਉਹ ਬੰਦੇ ਦੇ ਖਿਲਾਫ਼ ਸਾਰੇ ਸਬੂਤ ਉਹਨਾਂ ਨੂੰ ਦਿਖਾਏ ਨੇ ਵੀ ਆਹ ਸਬੂਤ ਨੇ ਜੀ, ਆਹ ਆਹ ਗੱਲਬਾਤ ਆ, ਸਾਰਾ ਕੁਛ ਉਹਨਾਂ ਨੂੰ ਦੱਸਿਆ, ਅਸੀਂ ਆਪਦਾ ਪੱਖ ਰੱਖਿਆ ਉੱਥੇ ਜਾ ਕੇ, ਉਹਨਾਂ ਨੇ ਸਾਡੀ ਸਾਰੀ ਗੱਲਬਾਤ ਸੁਣੀ ਆ। ਅਤੇ ਹੁਣ ਅਸੀਂ DSP ਸਾਹਿਬ ਨੂੰ ਇਹ ਮਸਲੇ ਦੇ ਵਿੱਚ ਕੰਪਲੇਂਟ ਦਰਜ ਕਰਤੀ। ਮੈਂ ਉਹਨਾਂ ਮੂਹਰੇ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਮੇਰੀ ਘਰ ਵਾਲੀ ਨੂੰ ਇਨਸਾਫ ਦਿਵਾਇਆ ਜਾਵੇ, ਠੀਕ ਹੈ ਜੀ, ਜਿਹੜਾ ਕੁਛ ਵੀ ਉਹਦੇ ਨਾਲ ਹੋਇਆ ਵਾ। ਇੱਕ ਤੁਸੀਂ ਗੱਲ ਕੀਤੀ ਕਿ ਜਿਹੜਾ ਇਸ ਦੇ ਵਿੱਚ ਹੈ ਕਿ ਤੁਸੀਂ ਸਾਰੇ ਪੱਖ ਰੱਖਿਆ ਆਪਦਾ, ਕਿ ਉਹ ਜਿਹੜੀ ਲੜਕੀ ਦਾ ਗੱਲ ਹੋ ਰਿਹਾ ਉਹ ਕਿਸੇ ਏਰੀਆ ਦੀ ਰਹਿਣ ਵਾਲੀ ਆ, ਉਹ ਮੁਕਤਸਰ ਸਰ ਏਰੀਆ ਦੀ ਰਹਿਣ ਵਾਲੀ ਹੈ। ਹਾਂ, ਮੁਕਤਸਰ ਏਰੀਆ ਦੀ, ਕਿ ਉਹ ਪਾਸਪੋਰਟ ਜਦੋਂ ਲੈ ਕੇ ਆਏ ਸੀ ਕਿ ਪਾਸਪੋਰਟ ਤੁਹਾਨੂੰ ਦਿੱਤਾ ਕਿ ਇੱਥੇ? ਨਹੀਂ ਸਰ, ਸਾਨੂੰ ਪਾਸਪੋਰਟ ਕਿਸੇ ਨੇ ਨਹੀਂ ਦਿੱਤਾ ਜੀ, ਪਾਸਪੋਰਟ ਲੇਡੀਜ਼ ਦੇ ਕੋਲ ਹੀ ਸੀਗਾ, ਉਹਨਾਂ ਨੇ ਸਿਰਫ ਉਹਨਾਂ ਨੂੰ ਵੀਰੇ ਨੂੰ PDF ਫਾਈਲ ਪਾਈ ਸੀਗੀ, ਉਹ PDF ਫਾਈਲ ਪਾਉਣ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਸਾਰੇ ਡਾਕੂਮੈਂਟ ਤਿਆਰ ਕੀਤੇ ਨੇਗੇ। ਠੀਕ ਹੈ ਜੀ, ਬਕਾਇਦਾ ਉਹਨਾਂ ਕੋਲ ਸਾਰੇ, ਉਹਨਾਂ ਨੇ ਐਗਰੀਮੈਂਟ ਕਰਿਆ, ਸਭ ਕੁਛ ਕਰਿਆ, ਉਹਨਾਂ ਕੋਲ ਸਭ ਕੁਛ ਪੱਕੇ ਸਬੂਤ ਪਏ ਨੇਗੇ। ਠੀਕ ਆ ਜੀ, ਜਿਹਦੇ ਵਿੱਚ ਕੁੜੀ ਆਪ ਸਭ ਕੁਛ ਬਿਆਨ ਕਰਕੇ ਆਪਦੇ ਘਰ ਵਾਲੇ ਦੇ ਵੀ ਉਹਦੇ ਦੇ ਅਤੇ ਉਹਦੇ ਵੀ ਆ ਸਾਰੇ ਸਾਈਨ ਸੂਨ ਕਰਾ ਕੇ ਫਿਰ ਉਹਨਾਂ ਨੇ ਬਾਹਰ ਤੋਰੀ। ਇੱਕ ਤੁਸੀਂ ਸਾਨੂੰ ਮੋਬਾਈਲ 'ਤੇ ਦਿਖਾਇਆ ਕਿ ਜਿਸ ਦੇ ਵਿੱਚ ਕੀ ਆ ਨਾ, ਮਲੂਕ ਸਿੰਘ ਵੱਲੋਂ ਪੈਸਿਆਂ ਦੀ ਇੱਕ ਰਸੀਦ ਆਈ ਵੀ ਆ ਅਤੇ ਕਈ ਵਿੱਚ ਆਡੀਓ ਵੀ ਸੁਣਾਈ ਆ, ਕਿ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਰ, ਉਹ ਇਹਨੇ ਉੱਧਰੋਂ ਜਾ ਕੇ ਕੁੜੀ ਨੂੰ ਪਹਿਲਾਂ ਤਾਂ ਘਰ ਤੋਂ ਇਹਨੇ ਫਰਾਰ ਕੀਤਾ, ਜੋ ਕਿ ਇਹਦੇ ਇੱਧਰੋਂ ਫੈਮਿਲੀ ਤੋਂ, ਕੁੜੀ ਦੀ ਫੈਮਿਲੀ ਤੋਂ ਰੁਪਈਏ ਲਏ ਵੀ ਮੈਂ ਤੁਹਾਡੀ ਕੁੜੀ ਐਂ ਕਰਕੇ ਐਂ ਕਢਵਾ ਦੂੰ, ਮੈਂ ਤੁਹਾਡੀ ਕੁੜੀ ਐਂ ਕਰਕੇ ਐਂ ਕਢਵਾ ਦੂੰ। ਉੱਧਰੋਂ ਕੁੜੀ ਇਹਨੇ ਜਿਹਦੇ ਘਰ ਦੇ ਵਿੱਚ ਕੰਮ ਕਰਦੀ ਸੀ ਉਹ ਘਰੋਂ ਇਹਨੇ ਕੁੜੀ ਫਰਾਰ ਕਰਤੀ। ਠੀਕ ਆ ਜੀ, ਜਦੋਂ ਸ਼ਾਮ ਨੂੰ ਕੁੜੀ ਨੂੰ ਕੋਈ ਰੱਖਣ ਦਾ ਅਤੇ ਕੋਈ ਟਿਕਾਣਾ ਨਹੀਂ ਬਣਿਆ, ਫਿਰ ਉੱਥੇ ਕੁੜੀ ਆਫਿਸ 'ਚ ਭਜਾਉਣ ਦਾ ਇਹਨੇ 49,000 ਪਤਾ ਨਹੀਂ 900 ਰੁਪਈਏ ਦੀ ਸਾਨੂੰ ਸਲਿੱਪ ਆਈ ਆ, ਇਹਨੇ 49,900 ਰੁਪਈਆ ਉੱਧਰੋਂ ਅਕਾਊਂਟ 'ਚ ਪਵਾ ਕੇ ਕੁੜੀ ਦਫ਼ਤਰ ਪਹੁੰਚਾ ਤੀ। ਠੀਕ, ਅਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਸਰ ਇਹੀ ਮੰਗ ਕਰਦੇ ਹਾਂ, ਦੇਖੋ ਜੀ ਮੇਰੀ ਘਰ ਵਾਲੀ ਨਾਲ ਬਹੁਤ ਜ਼ਿਆਦਾ ਬੱਸ ਲੁੱਕੀ ਕਰੀ ਹੈ ਬੰਦਿਆਂ ਨੇ ਆ ਕੇ। ਠੀਕ ਆ ਜੀ, ਨਾਲੇ ਮੈਂ ਭਾਈ ਘਨੱਈਆ ਟਰੱਸਟ ਵਾਲਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜੋ ਇਹ ਤੁਹਾਡੇ ਨਾਂ ਦੇ ਉੱਤੇ ਇਹ ਕੁਛ ਕਰਦੇ ਫਿਰਦੇ ਨੇ, ਤੁਸੀਂ ਇਹਨਾਂ 'ਤੇ ਪੂਰੀ ਕਾਰਵਾਈ ਕਰੋ, ਇਹਨਾਂ ਬਾਰੇ ਪੂਰੀ ਜਾਣਕਾਰੀ ਲਵੋ ਵੀ ਇਹ ਕੀ ਗੱਲ ਆ, ਸਾਡਾ ਕਿਉਂ ਤੁਹਾਡਾ ਨਾਂ ਬਦਨਾਮ ਕਰ ਲੱਗੇ ਹੋਏ ਨੇ। ਠੀਕ ਆ ਜੀ, ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਬਸ ਉਹਨਾਂ ਨੂੰ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਜੀ ਸਰਬਜੀਤ ਸਿੰਘ ਪੰਚ, ਪਿੰਡ ਚਨਾਹਾ, ਜ਼ਿਲ੍ਹਾ ਲੁਧਿਆਣਾ। ਹਾਂਜੀ, ਇੱਦਾਂ ਜੀ ਪੰਚ ਸਾਹਿਬ, ਇੱਕ ਹੈ ਨਾ ਇਹ ਆ ਲੇਡੀਜ਼ ਦੀ ਇੱਕ ਵੀਡੀਓ ਵਾਇਰਲ ਹੋਈ ਆ, ਹਾਂਜੀ, ਅਤੇ ਫੇਸਬੁੱਕ 'ਤੇ, ਹਾਂਜੀ, ਅਤੇ ਉਹਦਾ ਇੱਕ ਪਰਿਵਾਰ ਵੱਲੋਂ ਪਾਈ ਗਈ ਆ, ਉਸ ਦੇ ਵਿੱਚ ਇੱਕ ਬਾਬੇ ਵੱਲੋਂ, ਕਿ ਉਸ ਵਿੱਚ ਇਹ ਕਿਹਾ ਗਿਆ ਕਿ ਇਹ ਏਜੰਟੀ ਦਾ ਕੰਮ ਕਰਦੀ ਆ, ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਏਜੰਟੀ ਬਾਰੇ ਜੀ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ, ਕਦੇ ਅਸੀਂ ਇਹ ਗੱਲ ਸੁਣੀ ਨਹੀਂ ਵੀ ਏਜੰਟ ਦਾ ਕੰਮ ਕਰਦੇ ਨੇ। ਇਹ ਇੱਥੇ ਘਰੇਲੂ ਕੰਮ ਕਰਦੇ ਆ, ਕਦੇ ਕਿਤੇ ਬਾਹਰ ਨਹੀਂ ਜਾਂਦੇ ਦੇਖੇ, ਪਿੰਡ ਦੇ ਵਿੱਚ ਹੀ ਹਰ ਟਾਈਮ ਦੇਖਦੇ ਆ ਸਾਡੇ ਆਉਣਾ ਜਾਣਾ ਇੱਧਰ, ਇਹਨਾਂ ਦਾ ਕਾਫੀ ਆ, ਅਤੇ ਇਹ ਘਰ ਘਰੇਲੂ ਕੰਮ ਕਰਨ ਵਾਲੇ ਹੈਗੇ ਨੇ।
ਕਦੇ ਕੋਈ ਬਾਹਰ ਏਜੰਟ ਵਾਲਾ ਕਦੇ ਗੱਲ ਇਹਨਾਂ ਦੀ ਕੋਈ ਸੁਣੀ ਨਹੀਂ, ਨਾ ਕੋਈ ਬਾਹਰ ਭੇਜਿਆ ਇਹਨਾਂ ਨੇ ਅੱਜ ਤੱਕ ਸੁਣਿਆ, ਅਤੇ ਘਰਦਾ ਹੀ ਕੰਮ ਕਰਦੇ। ਹਾਂਜੀ, ਇਹ ਜਿਹੜਾ ਮੁੰਡੇ ਨੇ ਇਹਨਾਂ ਨਾਲ ਆ ਕੇ ਘਰ ਦੇ ਵਿੱਚ ਭੰਨ ਤੋੜ ਕਰੀ ਆ, ਅਸੀਂ ਇਹਦੀ ਪੰਚਾਇਤ ਵੱਲੋਂ ਬਹੁਤ ਨਿਖੇਧੀ ਕਰਦੇ ਹਾਂ, ਕਿਉਂਕਿ ਜੇ ਉਹਨਾਂ ਨੂੰ ਕੋਈ ਇਹਨਾਂ ਦਾ ਸੀਗਾ ਉਹ ਸਾਡੇ ਕੋਲ ਆ ਕੇ ਪੰਚਾਇਤ ਕੋਲ ਲਿਖਾਉਂਦੇ ਜਾਂ ਕੋਈ ਪੁਲਿਸ ਕੋਲ ਜਾਂਦੇ, ਕਾਨੂੰਨੀ ਕਾਰਵਾਈ ਕਰਦੇ। ਉਹਨਾਂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਰਾਤ ਨੂੰ ਆ ਕੇ ਤਕਰੀਬਨ 9 ਵਜੇ ਦਾ ਟਾਈਮ ਸੀ ਜਦੋਂ ਉਹਨਾਂ ਨੇ ਆ ਕੇ ਰਾਤ ਨੂੰ ਇਹ ਕਾਰਵਾਈ ਕੀਤੀ ਆ। ਅਸੀਂ ਸਾਨੂੰ ਪਤਾ ਲੱਗਿਆ, ਅਸੀਂ ਆਏ ਹਾਂ, ਸਾਡੇ ਆਉਣ ਤੋਂ ਪਹਿਲਾਂ ਇਸ ਜਨਾ ਆਪਣੇ ਲੜਕੀ ਨੂੰ ਉਹ ਨਾਲ ਲਿਜਾ ਚੁੱਕੇ ਸੀਗੇ। ਇਹ ਜਿਹੜੀ ਕਿ ਸਰਾਸਰ ਗਲਤ ਗੱਲ ਆ ਵੀ ਇੱਕ ਇਕੱਲੀ ਲੇਡੀਜ਼ ਨੂੰ ਬਿਨਾਂ ਕਿਸੇ ਪੰਚਾਇਤ ਤੋਂ ਜਾਂ ਪੁਲਿਸ ਦੇ ਨਾਲ ਲੈ ਕੇ ਜਾਣਾ ਬਹੁਤ ਗਲਤ ਗੱਲ ਆ। ਫਿਰ ਇਹਨੂੰ ਪਤਾ ਨਹੀਂ ਕਿੱਥੇ ਘੁੰਮਾਉਂਦੇ ਰਹੇ, 2-3 ਇਹ ਆਪਦੇ ਨਾਲ ਉਹਨਾਂ ਨੇ ਰੱਖਿਆ। ਇਹਦੀ ਅਸੀਂ ਬਹੁਤ ਜ਼ਿਆਦਾ ਨਿਖੇਧੀ ਕਰਦੇ ਹਾਂ ਅਤੇ ਇਹ ਮੰਗ ਕਰਦੇ ਹਾਂ ਕਿ ਇਹਨਾਂ 'ਤੇ ਪ੍ਰਸ਼ਾਸਨ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇ।